ਹਾਂ ਵੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ, ਤੁਸੀਂ ਦੇਖ ਰਹੇ ਆਪਣਾ ਕੋਆਰਡੀਨੇਟ YouTube ਚੈਨਲ ਤੇ ਤੁਹਾਡੇ ਲਈ ਆਪਾਂ ਇੱਕ ਹੋਰ ਨਵੀਂ GTA 5 ਦੀ ਵੀਡੀਓ ਲੈ ਕੇ ਹਾਜ਼ਰ ਹੋ ਚੁੱਕੇ ਆਂ। ਤੇ ਵੀ ਅੱਜ ਦੀ ਵੀਡੀਓ ਕੇ ਜਿਵੇਂ ਕਿ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਇੱਕ ਗੇਮ ਪਲੇ ਨਹੀਂ ਹੋਣ ਵਾਲੀ, ਸਗੋਂ ਤੁਹਾਨੂੰ ਇੱਕ ਮੋਡ ਭਰਨਾ ਸਿਖਾਵਾਂਗੇ, ਉਹ ਵੀ GTA 5 ਦੇ ਵਿੱਚ। ਤੇ ਵੀ ਅੱਜ ਦੀ ਵੀਡੀਓ ਨੂੰ ਆਪਾਂ ਕਰਨ ਲੱਗੇ ਆਂ ਸਟਾਰਟ। ਤਾਂ ਵੀ ਇਹ ਮੋਡ ਨੂੰ ਤੁਸੀਂ ਇੰਸਟਾਲ ਕਰਨ ਲਈ ਤੁਹਾਡੇ ਕੋਲ ScriptOkVii ਤੇ ScriptOkVii.net ਬਿਲਕੁਲ ਲੇਟੈਸਟ ਵਰਜਨ ਵਾਲੀਆਂ ਚਾਹੀਦੀਆਂ, ਤੇ ਸਕ੍ਰਿਪਟ ਫੋਲਡਰ ਉਹ ਤੁਹਾਨੂੰ ਆਪਾਂ ਬਣਾਉਣਾ ਹੁਣ ਸਿਖਾਈ ਦੇਣਾ। ਤੇ ਵੀ ScriptOkVii ਤੇ ScriptOkVii.net ਤੁਸੀਂ ਕਿਵੇਂ ਇੰਸਟਾਲ ਕਰਨੇ ਆ, ਇਹ ਤੁਹਾਨੂੰ ਆਪਣੀ ਹਾਊ ਟੂ ਇੰਸਟਾਲ ਆਲ ਸਕ੍ਰਿਪਟ ਵਾਲੇ ਥੱਲੇ ਲਿੰਕ 'ਚ ਮਿਲ ਜਾਣਗੀਆਂ, ਡਿਸਕ੍ਰਿਪਸ਼ਨ 'ਚ ਲਿੰਕ ਦਿੱਤਾ ਵਾ, ਜਾ ਕੇ ਦੇਖੋ। ਅਤੇ ਇਹਨੂੰ ਤੁਸੀਂ ਸੈਂਪਲੀ ਨੇ ਆਪਣਾ ਡਾਊਨਲੋਡ 'ਤੇ, ਤਾਂ ਵੀ ਨੈੱਟ ਆਪਣਾ ਬੰਦ ਹੋ ਗਿਆ, ਪਰ ਵੀ ਮੈਂ ਡਾਊਨਲੋਡ ਉਹਨੂੰ ਕਰ ਲਿਆ। ਹੁਣ ਆਪਾਂ ਚੱਲਦੇ ਹਾਂ ਆਪਾਂ ਡਾਊਨਲੋਡ 'ਚ। ਤਾਂ ਵੀ ਆ ਰਹੀ ਆਪਣੀ ਡਾਊਨਲੋਡ ਕੀਤੀ ਹੋਈ ਫਾਈਲ ਤੁਹਾਡੇ ਕੋਲ, ਬਿਲਕੁਲ ਸਿੰਪਲ ਆ ਫਾਈਲ ਆ, ਬਿਲਕੁਲ ਇੱਦਾਂ ਦੀ ਫਾਈਲ ਆ ਜੂਗੀ। ਤਾਂ ਇਹਨੂੰ ਆਪਾਂ ਕਰਦੇ ਹਾਂ ਥੱਲੇ, ਫਿਰ ਆਪਾਂ ਖੋਲ੍ਹਣੀ ਹੈ GTA 5 ਦੀ ਮੇਨ ਡਾਇਰੈਕਟਰੀ। ਜੇਕਰ ਤੁਹਾਨੂੰ ਪਤਾ ਨਹੀਂ ਵੀ ਇਹ ਕਿੱਥੇ ਆ, ਕਿਹੜੀ ਜਗ੍ਹਾ 'ਤੇ ਆ, ਤਾਂ ਵੀ ਫਿਰ ਵੀ ਤੁਸੀਂ ਡਰਨ ਦੀ ਲੋੜ ਨਹੀਂ। ਜੇਕਰ ਤੁਹਾਡੀ GTA 5 ਬਾਹਰ ਹੀ ਪਈ ਆ, ਤਾਂ ਤੁਸੀਂ ਉਹਦੇ ਮਾਊਸ ਦਾ ਰਾਈਟ ਬਟਨ ਕਲਿੱਕ ਕਰਨਾ ਅਤੇ ਓਪਨ ਫਾਈਲ ਲੋਕੇਸ਼ਨ ਵਾਲੇ 'ਤੇ ਕਲਿੱਕ ਕਰ ਦੇਣਾ, ਤਾਂ ਵੀ ਤੁਹਾਡੀ ਸਿੰਪਲੀ GTA 5 ਦੀ ਮੇਨ ਡਾਇਰੈਕਟਰੀ ਆ ਜਿਹੜੀ ਉਹ ਓਪਨ ਹੋ ਜੂਗੀ। ਅਤੇ ਵੀ ਸਕ੍ਰਿਪਟ ਫੋਲਡਰ ਤੁਸੀਂ ਕਿੱਦਾਂ ਕ੍ਰੀਏਟ ਕਰਨਾ ਉਹ ਵੀ ਤੁਹਾਨੂੰ ਦੱਸਣ ਲੱਗੇ ਹਾਂ। ਤਾਂ ਵੀ ਤੁਸੀਂ ਇੱਕ ਨਵਾਂ ਫੋਲਡਰ ਬਣਾਉਣਾ ਜਿਹਨੂੰ ਸਿਰਫ ਸਕ੍ਰਿਪਟ ਨਾਮ ਦੇ ਦੇਣਾ, ਅਤੇ ਤੁਹਾਡਾ ਸਕ੍ਰਿਪਟ ਫੋਲਡਰ ਆ ਜਿਹੜਾ ਬਈ ਉਹ ਬਣ ਕੇ ਤਿਆਰ ਹੋ ਜੂਗਾ, ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਆਪਣਾ ਬਣਿਆ ਪਿਆ। ਅਤੇ ਇਹਨੂੰ ਤੁਸੀਂ ਕਰਨਾ ਸਿੰਪਲੀ ਓਪਨ। ਅਤੇ ਵੀ ਇਹ 'ਚ ਜਿਵੇਂ ਕਿ ਮੇਰੇ ਕੋਲ ਤਾਂ ਕੁਛ ਕੁ ਫਾਈਲਾਂ ਹੈਗੀਆਂ, ਤੁਹਾਡੇ ਕੋਲ ਬਿਲਕੁਲ ਕੋਈ ਫਾਈਲ ਨਹੀਂ ਹੋਊਗੀ, ਤਾਂ ਵੀ ਤੁਸੀਂ ਸਿੰਪਲੀ ਇਹ 'ਚ ਇੱਕ ਫੋਲਡਰ ਕ੍ਰੀਏਟ ਕਰਨਾ ਬਿਲਕੁਲ ਨਵਾਂ, ਉਹ 'ਚ ਲਿਖ ਦੇਣਾ ਆਟੋ ਲੋਡ ਮੈਪਸ। ਤਾਂ ਵੀ ਆਟੋ ਲੋਡ ਮੈਪਸ ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਆ, ਆਟੋ ਲੋਡਸ ਦਾ ਆਪਾਂ ਸਿਰਫ ਏ ਕੈਪੀਟਲ ਲਿਖਣੀ ਆ ਲੋਡ, ਅਤੇ ਮੈਪ ਦੀ ਐਮ ਕੈਪੀਟਲ ਲਿਖਾਂਗੇ ਮੈਪਸ। ਤਾਂ ਵੀ ਆਟੋ ਲੋਡ ਮੈਪਸ ਇੱਦਾਂ ਆਪਾਂ ਲਿਖ ਦਾਂਗੇ। ਤਾਂ ਵੀ ਇਹਦੇ 'ਚ ਆਪਾਂ ਸਿੰਪਲੀ ਜਿਵੇਂ ਕਿ ਤੁਸੀਂ ਆਪਾਂ ਫਾਈਲ ਡਾਊਨਲੋਡ ਕੀਤੀ ਹੋਈ ਆ, ਇਹਦੀ ਜਮ੍ਹਾਂ XML ਫਾਈਲ ਜਿਹੜੀ ਤੁਹਾਨੂੰ ਬਾਹਰ ਹੀ ਦੇਖਣ ਨੂੰ ਮਿਲ ਜੂਗੀ, ਉਹਨੂੰ ਚੱਕਣਾ ਇੱਥੋਂ ਡਰੈਗ ਕਰ ਦੇਣਾ, ਅਤੇ GTA 5 ਦੀ ਮੇਨ ਡਾਇਰੈਕਟਰੀ 'ਚ ਨਹੀਂ ਕਰਨਾ, ਸਗੋਂ ਸਕ੍ਰਿਪਟ 'ਚ ਜਾਣਾ, ਆਟੋ ਲੋਡ ਮੈਪ ਉਹ 'ਚ ਤੁਸੀਂ ਜਾ ਕੇ ਇਹਨੂੰ ਡਰੈਗ ਐਂਡ ਡਰੋਪ ਕਰ ਦੇਣਾ। ਅਤੇ ਵੀ ਆਪਾਂ ਆਹ ਦੇਖੋ ਜਿਵੇਂ ਕਿ ਤੁਸੀਂ ਦੇਖ ਸਕਦੇ ਆਪਾਂ ਇਹਨੂੰ ਇੰਸਟਾਲ ਕਰਤਾ। ਅਤੇ ਵੀ ਹੁਣ ਆਪਣਾ ਬਿਲਕੁਲ ਸਟੈਪ ਪੂਰੇ ਹੋ ਚੁੱਕੇ ਆ GTA 5 ਦੇ ਵਿੱਚ, ਆਪਣੀ ਇਹ ਚੀਜ਼ ਆ ਜਿਹੜੀ ਆ ਚੁੱਕੀ ਆ। ਹੁਣ ਤੁਹਾਨੂੰ ਦਿਖਾਉਣੀ ਆ ਗੇਮ ਪਲੇ ਵੀ ਕਿੱਦਾਂ ਦੀ GTA 5 ਲੱਗ ਰਹੀ ਆ। ਅਤੇ ਵੀ ਹੁਣ ਆਪਾਂ ਖੋਲ੍ਹ ਕੇ ਦਿਖਾਉਣੇ ਆ ਤੁਹਾਨੂੰ GTA 5। ਅਤੇ ਵੀ ਹੁਣ ਆਪਾਂ ਚੱਲਦੇ ਹਾਂ, ਆਹ ਦੇਖ ਸਕਦੇ ਹਾਂ ਵੀ ਕਾਫੀ ਸਾਰੇ ਦਰਖਤ ਆ ਜਿਹੜੇ GTA 5 ਦੇ ਵਿੱਚ ਨਵੇਂ ਜੜ ਚੁੱਕੇ ਆ, ਅਤੇ ਪਾਣੀ ਵਾਲੀਆਂ ਜਗ੍ਹਾ 'ਤੇ ਵੀ ਕਾਫੀ ਸਾਰੇ ਲੋਕ ਜਿਹੜੇ ਫਿਰਦੇ ਹੋਣਗੇ। ਆਪਾਂ ਗੱਡੀ ਲੈ ਕੇ ਚੱਲਦੇ ਹਾਂ ਬਈ। ਅਤੇ ਵੀ ਆਪਣੇ ਕੋਲ ਜਿਵੇਂ ਕਿ ਤੁਸੀਂ ਦੇਖ ਸਕਦੇ ਹਾਂ ਕਾਫੀ ਸਾਰੇ ਨਵੇਂ ਦਰਖਤ ਆ ਗਏ। ਤਾਂ ਵੀ ਸਪੀਕਰ ਬੰਦ ਕਰ ਲਈਏ ਆਪਾਂ, ਰੇਡੀਓ ਬੰਦ ਕਰ ਲਿਆ ਆਪਾਂ। ਅਤੇ ਵੀ ਜਿਵੇਂ ਕਿ ਤੁਸੀਂ ਦੇਖ ਸਕਦੇ ਹਾਂ ਆਪਣੇ ਕੋਲ ਕਾਫੀ ਸਾਰੇ ਗੇਮ 'ਚ ਜਿਹੜੇ ਆ ਨਵੇਂ ਦਰਖਤ ਐਡ ਹੋ ਗਏ, ਇਹ ਤੁਹਾਨੂੰ ਪਹਿਲਾਂ ਦੇਖਣ ਨੂੰ ਨਹੀਂ ਮਿਲ ਰਹੇ ਸੀ ਪਰ ਹੁਣ ਦੇਖਣ ਨੂੰ ਮਿਲਣਗੇ। ਅਤੇ ਵੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ, ਜੇਕਰ ਤੁਸੀਂ ਆਹ ਦੇਖ ਸਕਦੇ ਹਾਂ ਆਪਣੇ ਕੋਲ ਕਾਫੀ ਸਾਰੇ ਦਰਖਤ ਆ ਜਿਹੜੇ ਨਵੇਂ ਐਡ ਹੋ ਗਏ। ਬਾਈ ਆਪਾਂ ਗੱਡੀ ਠੋਕਤੀ। ਅਤੇ ਵੀ ਜਿਵੇਂ ਕਿ ਤੁਸੀਂ ਦੇਖ ਸਕਦੇ ਹਾਂ ਪਹਿਲਾਂ ਕੋਈ ਵੀ ਗੇਮ 'ਚ ਜਿਹੜਾ ਦਰਖਤ ਆ ਉਹ ਪਹਿਲਾਂ ਇੰਨੇ ਐਡ ਨਹੀਂ ਸੀ, ਕੋਸਕੀ ਸੀ, ਹੁਣ ਬਹੁਤ ਜ਼ਿਆਦਾ ਦਰਖਤ ਆ ਜਿਹੜੇ ਗੇਮ ਦੇ ਵਿੱਚ ਐਡ ਹੋ ਗਏ। ਤਾਂ ਬਈ ਜੇਕਰ ਤੁਹਾਨੂੰ ਆਪਣੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ, ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰ ਦਿਓ, ਕਮੈਂਟ ਕਰਨਾ ਨਾ ਭੁੱਲਿਓ ਬਈ। ਚਲੋ ਵੀ ਹੁਣ ਕਰਦੇ ਹਾਂ ਆਪਾਂ ਆਪਦੀ ਵੀਡੀਓ ਨੂੰ ਬੰਦ, ਅਤੇ ਸਾਰਿਆਂ ਨੇ ਵੀ ਕਮੈਂਟ ਕਰਨਾ ਨਾ ਭੁੱਲਿਓ।